ਸੈਮੀ ਇਹ ਲੌਕਡਾਊਨ ਨੇ ਤਾਂ ਆਪਾਂ ਨੂੰ ਕੈਦ ਕਰਕੇ ਰੱਖ ਲਿਆ ਜੇ ਖੁੱਲਾ ਹੁੰਦਾ ਆਪਾਂ ਕਿਤੇ ਘੁੰਮਣ ਫਿਰਨ ਜਾਂਦੇ ਕੀ ਜ਼ਿੰਦਗੀ ਹੋ ਗਈ ਹੈ ਹੱਸ ਰਹੇ ਹੋ ਕੀ ਹੋਇਆ ਮੈਨੂੰ ਤੇਰੀਆਂ ਗੱਲਾਂ ਤੋਂ ਨਾ ਇੱਕ ਪਿੰਡ ਦਾ ਇੱਕ ਵਾਕਿਆ ਯਾਦ ਆ ਗਿਆ ਕਿਹੜਾ ਛੱਡ ਫਿਰੇ ਨਹੀਂ ਦੱਸੋ ਨਾ ਗਰਮੀਆਂ ਦੇ ਦਿਨਾਂ ਦੀ ਗੱਲ ਆ ਮੈਂ ਖੇਡ ਖੋੜ ਕੇ ਨਾ ਜਦੋਂ ਘਰੇ ਆਇਆ ਮੰਮੀ ਟੀਵੀ ਦੇਖਦੀ ਸੀ ਬੈਠੀ रिश्तों के भी रूप बदलते हैं। आ गया हूं तो पुत की खाना था बारो बाकी मम्मी कौन नहीं खाना बेहद मुश्किल परिस्थितियों में अजीब और गरीब चीजें करते हुए देखा होगा ਵੇ ਪਤੋ ਹੀ ਲਾ ਦੇ ਥੋੜਾ ਰਹਿ ਗਿਆ ਅੱਜ ਕੁਸਮ ਨੂੰ ਨਾ ਘਰੋਂ ਬਾਹਰ ਕੱਢਣਾ ਮੰਮੀ ਤੂੰ ਲਿਖਾ ਕੇ ਲੈ ਲਾ ਹਲੇ ਦੋ ਤਿੰਨ ਹਫ਼ਤੇ ਨੇ ਤੇਰੀ ਕੁਸਮ ਨੂੰ ਘਰੋਂ ਬਾਹਰ ਕੱਢ ਦੇ ਕੋਈ ਜਾਣਕਾਰੀ ਵਾਲੀ ਚੀਜ਼ ਵੀ ਦੇਖ ਲਿਆ ਕਰੋ ਜੇ ਬੰਦਾ ਪਹਿਲਾਂ ਜੰਗਲਾਂ 'ਚ ਖੋ ਜੇ ਸਮੁੰਦਰ 'ਚ ਕਿਤੇ ਖੋ ਜੇ ਕਿਤੇ ਸ਼ਹਿਰ 'ਚ ਖੋ ਜੇ ਤਾਂ ਆਪਣੀ ਜਾਨ ਤਾਂ ਬਚਾ ਲੂਗਾ ਤੂੰ ਹੀ ਸਿੱਖ ਲਾ ਮੈਂ ਗੁੰਮੂ ਤਾਂ ਜੇ ਘਰੋਂ ਬਾਹਰ ਜਾਊਂਗੀ ਮੈਂ ਜੰਗਲ ਸਮੁੰਦਰ ਕਿਹੜਾ ਦੇਖੇ ਨੇ ਮੈਂ ਤਾਂ ਅੰਬਰਸਰ ਵੀ ਇੱਕ ਵਾਰ ਗਈ ਹਾਂ ਅੱਧ ਨਾ ਵੱਧ ਲੰਘ ਗਈ ਥੋੜੀ ਘੜੀ ਬਚੀ ਆ ਉਹ ਵੀ ਤੁਹਾਡੇ ਫਿਕਰਾਂ ਚ ਲੰਘ ਜਾਣੀ ਆ ਤੂੰ ਹੀ ਦੇਖ ਲਾ ਮੈਂ ਚਾਹ ਬਣਾ ਕੇ ਲਿਆਉਣੀ ਆ ਮਾਂ ਚਾਹ ਬਣਾਉਣ ਲਈ ਚਲੀ ਗਈ ਪਰ ਉਹਦੀ ਆਖੀ ਗੱਲ ਨੇ ਮੇਰੇ ਜ਼ਿਹਨ ਵਿੱਚ ਓਵੇਂ ਹੀ ਹਲਚਲ ਪੈਦਾ ਕਰ ਗਈ ਜਿੱਦਾਂ ਅੱਜ ਕੱਲ੍ਹ 500 ਹਜ਼ਾਰ ਦੇ ਨੋਟਾਂ ਨੇ ਭਾਰਤ ਵਿੱਚ ਕੀਤੀ ਹੋਈ ਹੈ ਮੈਂ ਸੋਚਣ ਲੱਗ ਗਿਆ ਕਿ ਧਰਤੀ ਦਾ ਤਕਰੀਬਨ 71% ਹਿੱਸਾ ਸਮੁੰਦਰ ਦੀ ਚਾਦਰ ਨਾਲ ਢੱਕਿਆ ਹੋਇਆ ਹੈ ਸਾਡੇ ਪਿੰਡ ਤੋਂ ਪਹਾੜਾਂ ਤੱਕ ਜਾਣ ਲਈ ਮਸਾਂ 4-5 ਘੰਟੇ ਲੱਗਦੇ ਹੋਣਗੇ ਮੇਰੀ ਮਾਂ ਆਪਣੀ ਜ਼ਿੰਦਗੀ 50 ਸਾਲਾਂ ਤੋਂ ਵੱਧ ਹੰਢਾ ਚੁੱਕੀ ਹੈ ਇੰਨੇ ਸਾਲਾਂ ਵਿੱਚ ਕੋਈ ਵੀ ਇਨਸਾਨ ਇੰਨਾ ਕੁ ਸਮਾਂ ਤਾਂ ਕੱਢ ਹੀ ਸਕਦਾ ਹੈ ਜਿਹਦੇ ਵਿੱਚ ਕੁਦਰਤ ਦੇ ਇਹਨਾਂ ਉਤਰਾਅ ਚੜਾਅ ਵਾਲੇ ਹਿੱਸੇ ਜਾਂ ਨੀਲੇ ਪਾਣੀ ਦੇ ਮਹਾਸਾਗਰ ਦੇਖ ਸਕੇ ਮੇਰੀ ਸੋਚ ਦਾ ਰੱਬ ਪੂਰੀ ਤੇਜ਼ੀ ਨਾਲ ਦੌੜਨ ਲੱਗ ਪਿਆ ਮੇਰਾ ਧਿਆਨ ਮਾਂ ਦੇ ਰੋਜ਼ਮਰਾ ਦੇ ਕੰਮ ਕਾਜ ਉੱਤੇ ਗਿਆ ਤੜਕੇ ਪਾਠੀ ਦੀ ਆਵਾਜ਼ ਨਾਲ ਮਾਂ ਦੀ ਅੱਖ ਖੁੱਲ ਜਾਂਦੀ ਹੈ ਸਾਡੀ ਨੀਂਦ ਨਾ ਖੁੱਲੇ ਇਸ ਲਈ ਬਿਨਾਂ ਖੜਕਾ ਕੀਤੇ ਉਹ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ ਹੈ ਚਾਹ ਤਾਂ ਸਾਡੇ ਘਰ ਐਵੇਂ ਬਣਦੀ ਆ ਜਿੱਦਾਂ ਚਾਈਨਾ ਵਿੱਚ ਡੁਪਲੀਕੇਟ ਸਮਾਨ ਬਣਦਾ ਹੈ ਇੰਨਾ ਜ਼ਿਆਦਾ ਕੰਮ ਮੈਨੂੰ ਤਾਂ ਸੋਚ ਕੇ ਹੀ ਤਾਪ ਚੜ ਗਿਆ ਇਹ ਕਹਾਣੀ ਸਿਰਫ ਮੇਰੀ ਹੀ ਮਾਂ ਦੀ ਨਹੀਂ ਸਗੋਂ ਕਿ ਮੇਰੀ ਮਾਂ ਵਰਗੀਆਂ ਸੈਂਕੜੇ ਹਜ਼ਾਰਾਂ ਮਾਵਾਂ ਦੀ ਹੈ ਮੇਰਾ ਧਿਆਨ ਇਹਨਾਂ ਸਵਾਲਾਂ ਵੱਲ ਪਹਿਲਾਂ ਕਦੇ ਨਹੀਂ ਸੀ ਗਿਆ ਪਰ ਅੱਜ ਮੈਂ ਬੈਠਾ ਸੋਚ ਰਿਹਾ ਸੀ ਕਿ ਉਹ ਇਹਨਾਂ ਸਵਾਲਾਂ ਦੇ ਜਵਾਬਾਂ ਵਿੱਚੋਂ ਆਪਣੇ ਉਹ ਸੁਪਨੇ ਪੂਰੇ ਕਰਦੀ ਰਹੀ ਜੋ ਹਮੇਸ਼ਾ ਸੁਪਨੇ ਹੀ ਰਹੇ ਅਤੇ ਸ਼ਾਇਦ ਸੁਪਨੇ ਹੀ ਰਹਿਣਗੇ ਹੁਣ ਵੀ ਜਦ ਸੋਚਦਾ ਤਾਂ ਮਨ ਭਰੇ ਹੁੰਦਾ ਕਰੋਨਾ ਨੇ ਸਾਨੂੰ ਘਰਾਂ 'ਚ ਬਿਠਾ ਤਾ ਅਤੇ ਸਾਨੂੰ ਕੈਦ ਲੱਗ ਰਹੀ ਆ ਪਰ ਉਹਨਾਂ ਮਾਵਾਂ ਦਾ ਕੀ ਜੋ ਹਰ ਵਕਤ ਘਰਾਂ 'ਚ ਕੈਦ ਰਹਿੰਦੀਆਂ ਨੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਿੰਨੇ ਟਾਈਮ ਤੋਂ ਅਸੀਂ ਉਹਨਾਂ ਦੀ ਆਜ਼ਾਦੀ ਬਾਰੇ ਕਦੇ ਨਹੀਂ ਸੋਚਿਆ